ਬਲੂਚਿਸਤਾਨ ਦਾ ਨਸਲ ਹੈ ਬਲੂਚਿਸਤਾਨ ਬਲੂਚਿਸਤਾਨ ਆਇਆ ਇਹ ਬਲੂਚਿਸਤਾਨ ਤੱਕ ਜੀ ਇਹ ਨਚਣੇ ਲਿਆਉਣੇ ਜੋ ਨੱਚਦੇ ਹੈ ਦੀਨੇ ਪੈਦਾ ਹੋਣੇ ਜ਼ਿਆਦਾ ਅੱਛਾ ਉੱਥੇ ਬਹੁਤ ਜ਼ਬਰਦਸਤ ਬੱਕਰੀ ਪੈਦਾ ਹੋਣੀ ਕਿਆ ਕੋ ਡਿਮਾਂਡ ਹੈ ਇਸਨੀ ਇਸਨੀ 3 ਜੀ 3 ਲੱਖ ਰੁਪਿਆ ਮੰਗਣੇ ਨੇ ਜ਼ਿਆਦਾ ਝੋਟੀ ਹੁੰਦੀ ਵੀ ਨੇ ਜੀ ਤੇ ਵੇਚਦੇ ਹੁੰਦੀ ਵੀ ਨੇ ਵੇਚਦੇ ਕਿਆ ਇਸਾਂ ਮੁੱਲ ਸਿਰ ਮੰਗਣੇ ਆ ਕੋਈ ਮੁੱਲ ਮੰਗਣੇ ਜੀ 2 ਲੱਖ ਰੁਪਿਆ ਗਿਲਗਤੀ ਬੱਕਰੀਆਂ ਜੀ ਸਾਰੀਆਂ ਹਾਂਜੀ ਅਸਲਾਮ ਵਾਲੇਕੁਮ ਅਮੀਰ ਕਸਾਂ ਸਾਰੇ ਪਿੰਡਾਂ ਪਰ ਠੀਕ ਹੋ ਮੈਂ ਮਨਸੂਰ ਜੱਟ ਜੀ ਬਿਲਕੁਲ ਮੌਜੂਦ ਹਾਂ ਡੁਡਿਆਲ ਮਵੇਸ਼ੀ ਮੰਡੀ ਮਤਲਬ ਕੁਰਬਾਨੀ ਨਹੀਂ ਮੰਡੀ ਲੱਗੀ ਹੈ ਤੁਸੀਂ ਪਤਾ ਜਿਹਨੇ ਦਿਹਾੜੇ ਕਿ ਥੋੜ੍ਹੇ ਅੱਜ ਜਮਰਾਤ ਹੈ ਇੱਥੇ ਲੱਗੀ ਹੈ ਡੁਡਿਆਲ ਪਲੋਡਰ ਮੁਕਾਮ ਲੱਗੀ ਹੈ ਕੁਰਬਾਨੀ ਨੇ ਜਨਵਾਰਾਂ ਨੇ ਮੰਡੀ ਲੱਗੀ ਹੋਈ ਹੈ ਮੁਖਤਲਿਫ ਬੰਦਿਆਂ ਨਾਲ ਗੱਲਾਂ ਬਾਤਾਂ ਕਰਸਾਂ ਨਾਲ ਅੱਜ ਇਬਰਾਹਿਮ ਜੱਟ ਸਾਹਿਬ ਆਏ ਨੇ ਪਹਿਲੀ ਵਾਰੀ ਮੰਡੀ 'ਚ ਆਏ ਨੇ ਹਾਂ ਠੀਕ ਹੋ ਸਿਹਤ ਠੀਕ ਹੈ ਤਾਂ ਕਿਆ ਸੂਰਤ ਹਾਲ ਤਾਂ ਕਹੀਓ ਮੰਡੀ ਨਹੀਂ ਗਰਮੀ ਬੜੀ ਹੈ ਪਸੀਨਾ ਆਈ ਜਾ ਰਿਹਾ ਤਾਂ ਹੁਣ ਤੱਕ ਮੰਡੀ ਦੀ ਕਿਆ ਸੂਰਤ ਹਾਲ ਹੈ 2024 ਦੀ ਮੰਡੀ ਹੈ ਅਸੀਂ ਪਤਾ ਕਿ ਮੰਗਪਈ ਬਹੁਤ ਜ਼ਿਆਦਾ ਹੋਈ ਹੈ ਹੁਣ ਜੁਲੇ ਹਾਂ ਜਿਹੜੇ ਬੰਦੇ ਲੱਤ ਉਹਨਾਂ ਨਾਲ ਗੱਲਾਂ ਬਾਤਾਂ ਕਰਸਾਂ ਤਕਸਾਂ ਕਿਹੜੇ ਕਿਹੜੇ ਅੱਜ ਬੰਦੇ ਤਾਂ ਆਏ ਹੋਏ ਨੇ ਕੁੱਥੋਂ ਕੁੱਥੋਂ ਬੰਦਿਆਂ ਇੱਥੇ ਜਨਵਰ ਅੰਦੇ ਵੇਚਣੇ ਹੁੰਦੇ ਤਾਂ ਇਨਸ਼ਾਅੱਲਾ ਅੱਜ ਇਹ ਵੀਡੀਓ ਅਸੀਂ ਬੜੇ ਐ ਤੱਕ ਜੀ ਇੱਥੋਂ ਜਨਾਬ ਬਰੋਟੇ ਲਈ ਰਹੇ ਲੇਕਿਨ ਅਸਾਂ ਗੱਲ ਤਾਂ ਕੀ ਹੈ ਉਹ ਪਾਰ ਸਿੰਘ ਤਾਂ ਕੀ ਉਸਨੇ ਐ ਤੱਕ ਜੀ ਇੱਧਰ ਮੰਡੀ ਸਾਰੇ ਹੁਣ ਖਰਸਨ ਮੰਡੀ ਵਿੱਚ ਸਾਰੇ ਸੇਲੀਅਨ ਟੇਮ ਹੈ ਇੱਧਰ ਕਿਉਂ ਨਹੀਂ ਹੋਰ ਐ ਟੇਡੀ ਹੈ ਹਾਏ 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 ਵਾਹ ਮਾਸ਼ਾ ਅੱਲਾਹ ਬਿਲਕੁਲ ਸੋਹਣਾ ਚੀਜ਼ ਹਨ ਸਾਹਿਬ ਕਿੱਧਰ ਸੇ ਆਇਆ ਹੈ ਇੱਧਰ ਲੋਕਲ ਹੀ ਹੈ ਡੜਿਆਲ ਐ ਤੱਕ ਜੀ ਹਾਂ ਚਾਚਾ ਇਹ ਕਿ ਲੱਗੇ ਨੇ ਤੁਸਾਂ ਕੋਈ ਕਿੰਨੇ ਤਾਂ ਆਏ ਹੋ ਅਸਾਂ ਵੀ ਤਖੜੇ ਆਏ ਬੱਕਰੀ ਕਿੰਨੇ ਵਾਸਤੇ ਪਰ ਬੱਕਰੀ ਆਈ ਕੋਈ ਬੱਕਰੀ 300 ਬਰੋਟਾ ਕਿਹਨੇ ਕਿੰਨੇ ਇਹ ਕੀਆਂ ਬੱਕਰੀ ਤਾਂ ਕਿਸੇ ਘਰ ਬੱਕਰੀ ਮਰੀ ਗਈ ਅੱਛਾ ਓਹੋ ਤਰੇਡੇ ਪਰੇਡੇ ਸਿੰਘਾਂ ਦਾ ਬਰੋਟਾ ਬੱਕਰਾ ਬਲੂਚਿਸਤਾਨ ਆਇਆ ਇਹ ਬਲੂਚਿਸਤਾਨ ਤੱਕ ਜੀ ਇਹ ਨਚਣੇ ਲਿਆਉਣੇ ਜੋ ਨੱਚਦੇ ਹੈ ਦੀਨੇ ਪੈਦਾ ਹੋਣੇ ਜ਼ਿਆਦਾ ਅੱਛਾ ਉੱਥੇ ਬਹੁਤ ਜ਼ਬਰਦਸਤ ਬੱਕਰੀ ਪੈਦਾ ਹੋਣੀ ਹਾਏ ਅੱਛਾ ਅੱਛਾ ਦੀਨੇ ਬੜੇ ਬੜੇ ਪੈਦਾ ਹੋਣੇ ਸੁਣੀ ਤੱਕ ਅੱਛਾ ਹੀ ਹੈ ਹੋਰ ਜੀ ਭਾਈ ਜੀ ਇੱਕ ਉੱਧਰ ਆਇਓ ਕਿੰਨੇ ਤਾਂ ਆਇਓ ਤਕੜੇ ਤਾਂ ਆਇਓ ਕੀਮਤ ਲੱਗੀ ਬਾਕੀ ਤਾਰਫ ਕਰੋ ਨਾ ਇਹ ਦੁੰਬੇ ਤੱਕੋ ਜੀ ਅਸੀਂ ਸਾਥ ਦੁੰਬੇ ਲੈ ਲਏ ਜਨਾਬ ਤੱਕ ਸੋ ਖਾਣ ਭਾਈ ਜਿਹੜੇ ਨੇ ਉਹ ਆਉਂਦੇ ਵੀ ਸਾਰੇ ਐਂ ਤੱਕੋ ਜੀ ਇੱਕ ਬੱਕਰਾ ਇਤਨਾ ਬੜਾ ਚਾਚੇ ਨੇ ਰੱਖਿਆ ਤੱਕ ਸੋ ਇਹ ਤੱਕ ਕੀ ਹਾਲ ਹੈ ਠੀਕ ਹੋ ਕਿਆ ਕੋ ਡਿਮਾਂਡ ਹੈ ਇਸਨੀ ਇਸਨੀ 3 ਜੀ 3 ਲੱਖ ਰੁਪਇਆ ਮੰਗਣੇ ਲੱਗੇ ਤੱਕ ਸੋ ਕਿਤਨੀ ਕੀ ਮਿਹਨਤ ਹੈ ਕੋਈ ਮਿਹਨਤ ਤੱਕ ਕੀ ਕਿਨੋ ਸਾਲ 2 ਸਾਲ ਚੋ 50 ਸਾਲਾਂ ਦਾ ਤਕਨੇ ਵਸੋ ਜੀ ਕਾਫੀ ਬਿੱਤਰ ਬੱਕਰਾ ਬਹੁਤ ਕਿਉਂ ਸਾਲਾਂ ਨਹੀਂ ਮਿਹਨਤ ਕਰਨੇ ਵਸੋ ਸ਼ੌਂਕਾ ਰੱਖਿਆ ਸੀ ਘਰ ਬਾਕੀ ਕਿਆ ਖੁਰਾਕ ਦੇ ਰਹੇ ਇਸਕੀ
ਤੱਕੋ ਜੀ ਕੋਬੂ ਲਗਾ ਮੁੱਲ ਯੰਤਰਾਂ ਤਰਾ ਮੰਗਣੇ ਉਹ ਬੰਦੇ ਕਹਿਣੇ ਨਾ ਚਾਹੇ ਕਹਿ ਬਣੇ ਹੋ ਮਿਹਨਤ ਦੇਖੋ ਜੀ ਮਾਸ਼ਾ ਅੱਲਾ ਮਿਹਨਤ ਬਿਲਕੁਲ ਐ ਤਾਂ ਕੋਈ ਦੋ ਬੈਠੇ ਜਾਈ ਰਹੇ ਮਾਸ਼ਾ ਅੱਲਾ ਸੋਹਣੇ ਜਾਈ ਰਹੇ ਮੰਡੀ ਚਸ਼ਨ ਸਾਥ ਦੋ ਬੈਠੇ ਬਣੇ ਸਭ ਕਿਆ ਬਣੇ ਤੱਕਣੇ ਹੋ ਹਾਂਜੀ ਸਮਾਨ ਸਾਹਿਬ ਜੀ ਕਰਾਂ ਤੱਕੋ ਜੀ ਮੰਡੀ ਥੈ ਬਹੁਤ ਬੜੀ ਮੰਡੀ ਲੱਗੀ ਹੋਈ ਹੈ ਇਹ ਤੁਸੀਂ ਦੱਸੋ ਕਾਫੀ ਥੈ ਜਨਵਾਰ ਜਨਾਬ ਦੁਕਾਨ ਦੇ ਵੀ ਤਾਂ ਸਮਾਨ ਸਾਹਿਬ ਅੱਜ ਕੱਲ੍ਹ ਪੁੱਛੋ ਕਿਆ ਵਜ੍ਹਾ ਬੰਦੇ ਥੋੜੇ ਕੀ ਆ ਜਾਂ ਫੇਲ ਟੇਮ ਹੈ ਜ਼ਿਆਦਾਤਰ ਗਰਮੀ ਵੀ ਹੈ ਅੱਛਾ ਰੇਟ ਹੀ ਥੋੜ੍ਹੇ ਜ਼ਿਆਦਾ ਹੈ ਫਿਰ ਜ਼ਾਹਿਰੀ ਗੱਲ ਅਸੀਂ ਪਤਾ ਅੱਜ ਕੱਲ੍ਹ ਹਾਲਾਤ ਮੁਲਕਾਂ ਨੇ ਵੀ ਐਸੇ ਅਤੇ ਜ਼ਾਹਿਰੀ ਗੱਲ ਲੋਕਾਂ ਦਾ ਬਜਟ ਵੀ ਥੋੜ੍ਹਾ ਹੋਣਾ ਤਾਂ ਬਿਲਕੁਲ ਇਤਨੇ ਮੌਸਮ ਜਿਹੜੇ ਖਰੀਦਾਉਣੇ ਨਾ ਤਾਜਰ ਉਹ ਮੰਗੀ ਉਹਨੇ ਕਿ ਖਰੀਦਦਾਰ ਜਿਹੜਾ ਮੁਸ਼ਕਲ ਹੋ ਜਨਾਬ ਸਮਾਨ ਸਾਹਿਬ ਅਸਾਂ ਕੀ ਮੰਡੀ ਵਿਜ਼ਿਟ ਕਰੇ ਰਹੇ ਹਾਂ ਇੱਧਰ ਆਏ ਹਾਂ ਇਹ ਤਾਂ ਦੱਸੋ ਚਾਹੇ ਝੋਟੀ ਹੁੰਦੀ ਵੀ ਨੇ ਇਤਨੀ ਚੰਗੀ ਦੁੱਧ ਵਾਲੀ ਮਤਲਬ ਸੁਸੀ ਗਏ ਬੰਦਾ ਕੋਈ ਖਵਾਹਿਸ਼ਮੰਦ ਹੈ ਕਿ ਨਾ ਚੜਾ ਤਾਂ ਆਪਣਾ ਨੰਬਰ ਬੋਲੀ ਉਡੋ ਕੋਈ ਬੰਦਾ ਚੜ ਜਾਣਾ ਆ 90,000 ਬੜੇ ਚੰਗੇ ਬੰਦੇ ਜਨਾਬ ਤਕਣੇ ਵਸੋ ਅਸਾਂ ਚਾਵਲਾ ਪੂਰ ਹੀ ਗਏ ਹਾਂ ਲੇਕਿਨ ਬਰੋਟਾ ਇਹਨਾਂ ਨੂੰ ਵਿਕਣਾ ਜੀਣਾ ਜੀ ਕਿਸ ਬੰਦਾ ਨੇ ਸੁਜ਼ੂਕੀ ਪਰ ਕਿਰਾਇਆ ਲਈ ਤਾਂ ਉਸਨੇ ਨਾ ਤਕਣੇ ਦੱਸੋ ਅਗਰ ਨਹੀਂ ਵਿਕਣਾ ਤਾਂ ਨੰਬਰ ਆਪਣਾ ਬੋਲੀ ਵੀਡੋ ਕੋਈ ਬੰਦਾ ਰਾਬਤਾ ਕਰੀ ਗਿਣਸੀ 0343-51-37-709 ਇਹ ਦੇਖੋ ਜੀ ਦੋ ਹੋਰ ਝੋਟੀਆਂ ਇੱਥੇ ਤੱਕੋ ਜੀ ਦੋ ਹੋਰ ਝੋਟੀਆਂ ਇੱਥੇ ਇਹ ਕਿ ਲੱਗ ਜੋ ਬਰੇਨ ਸਾਹਿਬ ਝੋਟੀਆਂ ਆਈਆਂ ਨਾ ਵੇਚਣੀਆਂ ਹੁੰਦੀਆਂ ਨੇ ਵੇਚਣੀਆਂ ਤਾਂ ਤੁਸੀਂ ਆਣੀਆਂ ਇਹ ਦੇਖੋ ਜੀ ਤੁਸੀਂ ਵੇਚਣੇ ਹੋ ਤੱਕੋ ਜੀ ਬਰੋਟਿੰਗ ਤਰੀਕੀ ਰਹੇ ਅੰਦਰ ਤਰੀਕੀ ਰਹੇ ਬਰੋਟਿੰਗ ਵੇਚਣੇ ਖੜਨੇ ਲੱਗੇ ਆਪਣੇ ਸਾਹਿਬ ਤੁਸੀਂ ਕੋਈ ਪਸੰਦ ਆਈ ਕੋਈ ਨਹੀਂ
ਜੀ 300 ਲੈ ਕੇ ਜੋਈਆਂ ਚੋਟੀਆਂ ਪਠਵਾਰ ਕਿਹੜੀ ਗੁਜਰਾਨ ਤਕੜਾ ਦੱਸੋ ਗੁਜਰਾਨ ਤੋਂ ਹੋਰ ਹੈ ਜਨਾਬ ਅਗਰ ਕੋਈ ਬੰਦਾ ਖਵਾਹਿਸ਼ਮੰਦ ਹੈ ਤਾਂ ਇੱਕ ਕੁਰਬਾਨੀ ਦੇ ਸਿਲਸਿਲੇ ਵੇਚਣੇ ਕੁਰਬਾਨੀ ਦਾ ਕੋਈ ਬੰਦਾ ਕਿੰਨਾ ਚਾਹਣਾ ਤਾਂ ਝੋਟੀਆਂ ਦੋ ਚੰਗੀਆਂ ਝੋਟੀਆਂ ਇਹ ਤਕੜੇ ਦੱਸੋ ਚਾਚਾ ਗੁਲਬਾਰ ਲੱਭੇ ਨੇ ਤਕਰੀਬਨ ਕੋਈ 1.5 ਸਾਲ ਬਾਅਦ ਹੋਰ ਚਾਚਾ ਠੀਕ ਹੋ ਸੇ ਠੀਕ ਹੈ ਠੀਕ ਠਾਕ ਅੱਜ ਕੁਦਰ ਫਿਰਨੇ ਹੋ ਮੰਡੀ ਜਾਈ ਗਿਆ ਫਿਰਨੇ ਅੱਜ ਡਿੰਗ ਲੈ ਤੋਂ ਛੁੱਟੇ ਹੋ ਮੰਡੀ ਚ ਆਈ ਗਏ ਤਾਂ ਬਾਕੀ ਕਿੰਨੇ ਤਾਏ ਹੋ ਤਕੜੇ ਦਾ ਹੋ ਤਕੜੇ ਆ ਕੋ ਬੱਕਰੇ ਵੇਚਣੇ ਤਾਂ ਆਉਂਦੇ ਤਾਂ ਤੁਸੀਂ ਮਈਆਂ ਬੱਕਰੀਆਂ ਠੀਕ ਠੀਕ ਰੱਖੀ ਨੇ ਜਾਵੀ ਚਾਰ ਨਹੀਂ ਹਰਨੇ ਹੋ ਮੰਡੀ ਫਿਰਨੇ ਫਿਰਨੇ ਸੰਦ ਸਮਾਨ ਹਿੱਟ ਹੋਈ ਆ ਮੋਬਾਈਲ ਆ ਮੋਬਾਈਲ ਹਿੱਟ ਹੋਈ ਆ ਕਿਸ ਹਿੱਟ ਹੋਈ ਆ ਇਹ ਟੈਂਪਰੇਚਰ ਨਾਲ ਸਰਕਾਰ ਕਿੰਨੇ ਜਨਾਬ ਬੜੀ ਮੰਡੀ ਲੱਗੀ ਹੈ ਦੇਖਣੇ ਦੱਸੋ ਕਿੰਨੇ ਜ਼ਿਆਦਾ ਜਨਵਾਰ ਧੁੱਪ ਹੈ ਧੁੱਪ ਹੈ ਸਰਕਾਰ ਬੰਦਾ ਹੀ ਬੰਦਾ ਹੋਇਆ ਇਹ ਦੇਖਣੇ ਦੱਸੋ ਦਾਨ ਸ਼ਾਂਤ ਸੁੱਕੇ ਪ੍ਰੇਮ ਸਾਹਿਬ ਸਹੀ ਭੁੱਖੇ ਪਾਉਣੇ ਸਾਰੇ ਬੰਦੇ ਫਿਰ ਕਿਆਂ ਤਾਂ ਵੀ ਪ੍ਰੇਮ ਸਾਹਿਬ ਬਹੁਤ ਜ਼ਿਆਦਾ ਗਰਮੀ ਹੈ ਇਹ ਤੱਕੋ ਜੀ ਇਹ ਤਾਂ ਕਿਸੇ ਕਿਸੇ ਬੈੜੇ ਛੇੜੇ ਇਹ ਤੱਕੋ ਜੀ ਤਾਂ ਸਾਰਾ ਕਹਿ ਵਜੇ ਦਾ ਕਿ ਥਕੀ ਜਾਣੇ ਮਣੀਪੁਰ ਤੇਰਾ ਗਰਮੀ ਆ ਦੋਸਤਾ ਤੋਂ ਬੈ ਖਾ ਲਈ ਹੁਣ ਆਹਾਂ ਐ ਛਾਵੇਂ ਆਪਰਾ ਕਿੰਨੇ ਆ ਬਿਲਕੁਲ ਤਾਂ ਇਹ ਦੇਸੀ ਮਾਲ ਤੱਕਨੇ ਦੱਸੋ ਜੀ ਜਨਾਬ ਸਾਰੇ ਬੱਦੇ ਵੀ ਇੱਥੇ ਕਿਉਂਕਿ ਜ਼ਿਆਦਾ ਗਰਮੀ ਹੈ ਉਹ ਇੱਕ ਊਂਠ ਆਇਆ ਐ ਤੱਕ ਦੱਸੋ ਇੱਕ ਊਂਠ ਹੀ ਆਇਆ ਮੰਡੀ 'ਚ ਪਤਾ ਨਹੀਂ ਕਿਹੜੇ ਚਾਚਾ ਵੇਚਣੇ ਲੱਗੇ ਹੋਏ ਅਨੀ ਰੇਨ ਊਂਠਾਂ ਨੇ ਕੋਈ ਫੋਟੋ ਫੀ ਕਢਾਉਣੇ ਆ ਅਤੇ ਕੋਈ ਚਾਚਾ ਜਨਾਬ ਸੀ ਲਸ਼ਕੇ ਲਹਿਰਾਂ 'ਚ ਹੋਰ ਖੜਕੇ ਵੇਚਣੇ ਲੱਗੇ ਹੋਏ ਇਹ ਤਾਂ ਕਿਸਾ ਇਹ ਤਾਂ ਕੀ ਰੰਗ ਬਿਰੰਗੇ ਦਾਂਤ ਐ ਦੇਖੋ ਜੀ ਰੰਗ ਬਿਰੰਗੇ ਦਾਂਤ ਇਹ ਗੱਡੀ ਹੈਗੀ ਹੈ ਇੱਕ ਉਹ ਨਵਾਲੀ ਰੇ ਐ ਦੇਖੋ ਜੀ ਮਾਸ਼ਾਅੱਲਾ ਇਤਨਾ ਜ਼ਬਰਦਸਤ ਦਾਂਤ ਚਾਚੇ ਨੂੰ ਰੱਖਿਆ ਨਹੀਂ ਦੱਸੋ ਐ ਦੇਖੋ ਜੀ ਮਾਸ਼ਾਅੱਲਾ ਕਿੰਨਾ ਖੂਬਸੂਰਤ ਦਾਂਤ ਦੇਖੋ ਜੀ ਸਹੀ ਕਿੱਦਾਂ ਸਫੇਦ ਔਰ ਉਹ ਜੀ ਸਜਾਵਟ ਉਹ ਜਿਹਾ ਪੱਲੇ ਆ ਸਹੀ ਮਗਰਮੱਛ ਬਣਦੇ ਆ ਤਕਣੇ ਵਸੋਂ ਮਾਸ਼ਾਅੱਲਾ ਬਾਕੀ ਨਾ ਚਾਚਿਓ ਰੱਖਿਆ ਦਾਂਦ ਔਰ ਤੁਸੀਂ ਠੀਕ ਹੋ ਸੇ ਠੀਕ ਹੈ ਔਰ ਠੀਕ ਫਾਟ ਕਿਆ ਕੋਈ ਡਿਮਾਂਡ ਫਾਂਡ ਕਰਨੀ ਇਸ ਦਾਂਦ ਨੇ 7 ਲੱਖ 7 ਲੱਖ ਰੁਪਇਆ ਡਿਮਾਂਡ ਕਰਨੇ ਲਗੇ ਇਤਨੀ ਘਰ ਰਹਿਣਾ ਆ ਤਾਂ ਕੋ ਬਾਹਰ ਕੋ ਦੱਸ ਨਹੀਂ ਘਰ ਰਹਿਣਾ ਬਚਾਣ ਦਾ ਨਹੀਂ ਕਹੇ ਬਚਾਣ ਦਾ ਘਰ ਵਾਲੇ ਕਿਦਾਂ ਟਾਈਮ ਹੋਈ ਆ ਪਾਲਿਆ ਚਾਰ ਸਾਲ ਲਈ ਮਿਹਨਤ ਤੱਕੋ ਜੀ ਮਾਸ਼ਾਅੱਲਾ ਬਹੁਤ ਖੂਬਸੂਰਤ ਇਤਨੀ ਫਰਾਕ ਵੀ ਮਾਸ਼ਾਅੱਲਾ ਕਾਫੀ ਅੱਛੀ ਰਹੀ ਨਾ ਫਿਰ ਕੋ ਦਬਾਣੀ ਬਣੇ ਹੋ ਵੈਸੇ ਹਲੇ ਦਬਾਣੇ ਰੇ ਦੇਖਣੇ ਉਸ ਤੋਂ ਵੀ ਦੰਦ ਬੱਦੇ ਵੇ ਬਾਕੀ ਤੱਕੋ ਇੱਥੇ ਜਨਾਬ ਗੰਨੇ ਦੀ ਮਿੱਟੀ ਲੱਗੀ ਸੀ ਗੰਨਾ ਇੱਥੇ ਜਿਹੜੇ ਜਨਾਬ ਦਾ ਜੂਸ ਕੱਢੀ ਰੱਖਣੇ ਉਸ ਤੋਂ ਆਵਾਮ ਕੀ ਇੱਥੇ ਇੰਨਾ ਸਹੂਲਤ ਗਈ ਹੈ ਇਹ ਸਮਾਨ ਤੱਕ ਨਾ ਪੁੱਛਣੇ ਨਾ ਭਾਲਣੇ ਐਤਕੋ ਜੀ ਗਿਲਗਤ ਦੇਖੋ ਜੀ ਬਰੋਟੇ ਜੀ ਤੁਸੀਂ ਸਰਕਾਰ ਕੋ ਦਿੰਦੇ ਆ ਦੇਸੀ ਜਾਂਦੇ ਨੇ ਘਰ ਨਹੀਂ ਅੱਛਾ ਇਹ ਬਾਵੇ ਰਾ ਸੋਣਾ ਬਗਰਾ ਕਿਆ ਕਿਮਨ ਮੰਗਣੇ ਚਾਚਾ ਇਸ ਨੇ ਚਾਚਾ ਜੀ ਕਿਆ ਕਿਮਨ ਮੰਗਣੇ ਜੀ ਕਿਆ ਕਿਮਨ ਤੇ
1,40,000 ਰੁਪਇਆ ਬੰਦੇ ਕਿਆ ਬਣੇ ਨਾ ਬਿਲਕੁਲ ਬੱਕਰਵਾਲੀ ਬੱਕਰੀਆਂ ਨੇ ਉਹਨਾਂ ਨੇ ਬੱਕਰਵਾਲੀ ਦੇ ਗ੍ਰੇਸ ਜਿਹੜੀ ਬਰਫਾਨੀ ਇਲਾਕੇ ਜਾਣੀ ਆ ਉੱਥੇ ਚਾਨਵੇਂ ਦਾ ਨਹੀਂ ਰਹਿਣੀਆਂ ਬਿਲਕੁਲ ਬਿਲਕੁਲ ਠੀਕ ਜੀ ਬੱਕਰਵਾਲ ਵਾਲੇ ਨਾਲ ਜਿਹੜੇ ਜਿਹਨਾਂ ਲੋਕਾਂ ਬੱਕਰਵਾਲੀ ਰੱਖੇ ਬੱਕਰੀ ਹੈ ਨਾ ਉਹਨਾਂ ਲੋਕਾਂ